ਮਿੰਡਲ ਮਿਲੇਜ ਪੇਸ਼ੈਂਟ ਮਿਸਿਸ ਜਸਵੀਰ ਕੌਰ ਥਿੰਦਾ ਜਿਹੜੇ ਕਿ ਮੌਂਟਰੀਅਲ ਤੋਂ ਆਏ ਆ ਤੇ ਇਹਨਾਂ ਦੇ ਮੈਂ 3 ਸਾਲ ਪਹਿਲਾਂ 3 ਸਾਲ ਹੋ ਗਏ ਜੀ 2 ਸਾਲ ਪਹਿਲਾਂ ਸੌਰੀ 2 ਸਾਲ ਪਹਿਲਾਂ ਅਸੀਂ ਇਹਨਾਂ ਦੀ weight loss surgery ਕੀਤੀ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਦਾ ਥੋੜਾ ਐਕਸਪੀਰੀਅੰਸ ਜਾਣਦੇ ਆ ਵੀ ਕਿੱਦਾਂ ਇਹਨਾਂ ਦਾ ਸਫਰ ਰਿਹਾ ਆ 2 ਸਾਲ ਦੇ ਵਿੱਚ ਹਾਂਜੀ ਤੁਸੀਂ ਦੱਸੋ ਉਸ ਵੇਲੇ ਤੁਹਾਡਾ ਭਾਰ ਕਿੰਨਾ ਸੀ 2 ਸਾਲ ਪਹਿਲਾਂ ਮੇਰਾ ਹੈ ਸੀਗਾ 106 ਕਿਲੋ 106 ਕਿਲੋ ਅੱਜ ਮੈਂ ਦੇਖਿਆ ਤਕਰੀਬਨ 63 ਕਿਲੋ ਆ ਤੁਹਾਡਾ ਭਾਰ ਸੋ ਤੁਸੀਂ ਆਲਮੋਸਟ 43 ਕਿਲੋ 43 ਕੇਜੀ ਤੁਸੀਂ ਰਿਡਿਊਸ ਕਰ ਲਿਆ ਹਾਂਜੀ ਸੋ ਉਹ ਮੈਨੂੰ ਲੱਗਾ ਆਲਮੋਸਟ 90 ਪਾਉਂਡਸ ਦੇ ਵਿੱਚ ਰਿਡਿਊਸ ਕਰ ਲਿਆ ਹਾਂਜੀ ਨਾ ਕਿਦਾਂ ਫੀਲ ਕਰਦੇ ਹੋ ਆ 2 ਸਾਲ ਦਾ ਸਫਰ ਤੁਹਾਡੇ ਲਈ ਕਿਦਾਂ ਹੋ ਰਿਹਾ ਬਹੁਤ ਵਧੀਆ ਹੁਣ ਲਾਈਟ ਆ ਵਧੀਆ ਕਿਉਂਕਿ ਮੈਂ ਬਹੁਤ ਐਕਟਿਵ ਆ ਐਕਟਿਵ ਹਾਂ ਹਾਂਜੀ ਐਕਟਿਵ ਹਾਂ ਤੇ ਤੁਹਾਡਾ ਜੌਬ ਤੁਸੀਂ ਕਰਦੇ ਹੋ ਉੱਥੇ ਹਾਂਜੀ ਤੇ ਕੋਈ ਪ੍ਰੋਬਲਮ ਨਹੀਂ ਆਂਦੀ ਜੌਬ ਦੇ ਵਿੱਚ ਕੋਈ ਕਿਉਂਕਿ ਮੇਰਾ ਹੈ ਚੱਲਣ ਫਿਰ ਦਾ ਕੰਮ ਆ ਮਸ਼ੀਨਾਂ ਹੁੰਦੀਆਂ ਮੈਂ ਕੋਈ ਐਵਰੀਡੇ ਕਈ ਵਾਰ ਤਿੰਨ ਕਦੇ ਚਾਰ ਹਨਾ ਹਾਂਜੀ ਤੇ ਵਧੀਆ ਕਿਉਂਕਿ ਮੈਂ ਘਰ ਦਾ ਵੀ ਸਾਰਾ ਕੰਮ ਖੁਦ ਕਰਦੀ ਆ ਹਾਂਜੀ ਹਾਂਜੀ ਬਹੁਤ ਵਧੀਆ ਤੁਹਾਡੀ ਫੈਮਿਲੀ ਵੀ ਖੁਸ਼ ਆ ਹਾਂਜੀ ਬੱਚੇ ਬਹੁਤ ਖੁਸ਼ ਆ ਮੇਰਾ ਬੇਟਾ ਬੇਟੀ ਬਹੁਤ ਖੁਸ਼ ਆ ਕਿਉਂਕਿ ਮਤਲਬ ਤੁਸੀਂ ਪਹਿਲੀ ਵਾਰ ਆਏ ਹੋ ਇੱਕ ਸਾਲ ਲਾਸਟ ਈਅਰ ਵੀ ਆਏ ਸੀ ਨਹੀਂ ਲਾਸਟ ਈਅਰ ਨਹੀਂ ਮੈਂ 2 ਸਾਲ ਬਾਅਦ 2 ਸਾਲ ਬਾਅਦ ਆਇਆ ਬਿਕੋਜ਼ ਮੈਂ ਤੁਹਾਨੂੰ ਪਛਾਣਿਆ ਨਹੀਂ ਤੁਸੀਂ ਇੱਕਦਮ ਸਾਡੇ ਦਰਵਾਜ਼ੇ ਦੇ ਅੰਦਰ ਆਏ ਕਿਉਂਕਿ ਮੈਨੂੰ ਕੋਈ ਨਹੀਂ ਪਛਾਣਦਾ ਮੇਰੇ ਬੋਲ ਤੋਂ ਵੀ ਸਿਰਫ ਆਇਆ ਤਾਂ ਉਹਦਾ ਮੈਨੂੰ ਕੋਈ ਨਹੀਂ ਮੈਂ ਦੂਸਰੇ ਨੂੰ ਪਛਾਣ ਲੈਣੀ ਆ ਪਰ ਮੈਨੂੰ ਕੋਈ ਨਹੀਂ ਤੁਸੀਂ ਆ ਇਮੇਜਿਨ ਕਰੋ ਜੀ ਜਿਹਨਾਂ ਦਾ ਭਾਰ ਅਸੀਂ 40 50 ਕਿਲੋ ਵਧਾ ਦੇ ਤਾਂ ਕਿਹੋ ਜੀ ਸ਼ਕਲ ਹੋਏਗੀ ਸੋ ਇਸ ਕਰਕੇ ਕੋਈ ਪਛਾਣ ਨਹੀਂ ਸਕਦਾ ਪਰ ਨੈਟ ਗੱਲ ਮੈਂ ਕਰਨਾ ਚਾਹੁੰਦਾ ਵੀ ਜਿਹੜੀ weight loss surgery ਹੈ ਚਲੋ ਤੁਹਾਡੀ ਸੁੰਦਰਤਾ ਤਾਂ ਵਧਾਉਂਦੀ ਹੈ ਤੁਹਾਨੂੰ ਬਹੁਤ ਸਾਰੀਆਂ ਮੈਨੂੰ ਲੱਗਦਾ ਪ੍ਰੋਬਲਮ ਤੋਂ ਵੀ ਛੁਟਕਾਰਾ ਮਿਲਿਆ ਹੋਣਾ ਸਾਰਾ ਤੁਹਾਡਾ ਹੋਰ ਕੀ ਪ੍ਰੋਬਲਮ ਸੀ ਤੁਹਾਨੂੰ ਉਹ ਕਿਉਂਕਿ ਥੱਲੇ ਜਦੋਂ ਉੱਪਰ ਮੈਂ ਸੀੜੀਆਂ ਚੜ੍ਹਦੀ ਸੀ ਮੈਨੂੰ ਸਾਹ ਚੜ੍ਹਦਾ ਸੀ ਹੈਨਾ ਹਾਂਜੀ ਤੇ ਹੁਣ ਕੋਈ ਨਹੀਂ ਇਦਾਂ ਦਾ ਬੇਸਮੈਂਟ ਤੋਂ ਉੱਪਰ ਜਿੱਦਾਂ ਮੈਂ ਮਰਜੀ ਉੱਪਰ ਤਾਂ ਆਵਾਂ ਕੋਈ ਨਹੀਂ ਇਦਾਂ ਸੋ ਸ਼ੀ ਸੱਚ ਐਨ ਐਕਟਿਵ ਲੇਡੀ ਉਹਨਾਂ ਨੇ ਮੈਨੂੰ ਦੱਸਿਆ ਹੋਣਾ ਵੀ ਇਹ ਇੰਡੀਆ ਆ ਕੇ ਆਪਣੇ ਮਦਰ ਇਨ ਲਾਅ ਨੂੰ ਲੈਣ ਆਏ ਜਿਹੜੇ ਕਿ ਓਲਡ ਹੋ ਚੁੱਕੇ ਆ ਸਿਰਫ ਉਹਨਾਂ ਨੂੰ ਲੈਣ ਵਾਸਤੇ ਮੌਂਟਰੀਅਲ ਤੋਂ ਆਏ ਵੀ ਸਾਡੇ ਨਾਲ ਸਫਰ ਕਰਨਾ ਸੋ ਇੰਨੀ ਇੱਕ ਐਕਟਿਵ ਹੋ ਗਏ ਸੋ ਜੇ ਤੁਹਾਨੂੰ ਵੀ ਕੋਈ ਡਰ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆ ਜਸਵੀਰ ਜੀ ਜੀ ਤੁਸੀਂ ਆਪਣਾ ਜਾਂ ਆਪਣੇ ਹਸਬੰਡ ਦਾ ਨੰਬਰ ਸ਼ੇਅਰ ਕਰ ਸਕਦੇ ਹੋ ਜੇ ਤੁਹਾਡੇ ਕੋਲ ਉੱਥੋਂ ਦਾ ਮੌਂਟਰੀਅਲ ਕੋਈ ਸਲਾਹ ਲੈਣਾ ਚਾਹੀਏ ਕੈਨੇਡਾ ਦੇ ਵਿੱਚ ਹਾਂਜੀ ਤੇ ਕਿਹੜੇ ਨੰਬਰ ਦਾ ਕਾਲ ਕਰ ਸਕਦੇ ਹੋ ਤੁਸੀਂ ਕਾਲ ਚੁੱਕ ਲਓ ਉਹਨਾਂ ਦੀ ਮੈਂ ਸ਼ਾਮ ਨੂੰ ਫ੍ਰੀ ਹੁੰਨੀ 4 ਵਜੇ ਤੋਂ ਬਾਅਦ ਮੌਂਟਰੀਅਲ ਦੇ ਪੈਕੇਜ ਹਾਂਜੀ ਮੌਂਟਰੀਅਲ ਦੇ ਤੇ ਨੰਬਰ ਤੁਹਾਡਾ ਕੀ ਹੈਗਾ ਉੱਥੋਂ ਦਾ ਮੇਰਾ ਹੈਗਾ 514-296-9599 ਓਕੇ ਤੇ ਕੀ ਐਡਰੈਸ ਕੀ ਤੁਹਾਡਾ ਮੌਂਟਰੀਅਲ ਦਾ ਕਿਸ਼ਾ ਕਿੱਥੇ ਹੈਗਾ ਅਸੀਂ ਹੈਗੇ ਮੌਂਟਰੀਅਲ ਤੋਂ ਬਾਹਰ ਰਹਿੰਦੇ ਗੁਦਰੇ ਡੋਰੀਅਨ ਓਕੇ ਹਾਂਜੀ ਤੇ ਜੇ ਤੁਹਾਨੂੰ ਕੋਈ ਸਵਾਲ ਲੈਣਾ ਚਾਹੀਏ ਤੁਸੀਂ ਉਹਦੀ ਹੈਲਪ ਕਰ ਸਕਦੇ ਹਾਂ ਜੀ ਮੈਂ ਕਰ ਸਕਦੀ ਹਾਂ ਨਹੀਂ ਕਹਿ ਤੁਸੀਂ ਤਾਂ ਡਾਕਟਰ ਜੀ ਨੂੰ ਨਵੀਂ ਲਾਈਫ ਦਿੱਤੀ ਆ ਤੁਸੀਂ ਡਿਸਰਵ ਕਰ ਰਹੇ ਸੀ ਸੋ ਥੈਂਕ ਯੂ ਜੀ ਸੋ ਮਚ ਤੇ ਫਿਰ ਆਉਂਦੇ ਹੋ ਅਗਲੇ ਸਾਲ ਫਿਰ ਮਿਲਾਂਗੇ ਜ਼ਰੂਰ ਥੈਂਕ ਯੂ ਜੀ